ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਸੋ ਜਿਵੇਂ ਕਿ ਤੁਸੀਂ ਪਿੱਛੇ ਆਪਣੇ ਕਰਤਾਰ ਟਰੈਕਟਰ ਦੇਖ ਰਹੇ ਹੋ ਜੀ, ਅਤੇ ਅੱਜ ਆਪਾਂ ਨੇ ਇਹਦੀ ਜਾਣਕਾਰੀ ਲੈਣੀ ਹੈ। ਤੁਸੀਂ ਲਾਸਟ ਵਲੌਗ ਦੇਖਿਆ ਸੀ ਜਿਹਦੇ 'ਚ ਆਪਾਂ ਨੇ ਜਿਹੜੀ ਸਰਹੰਦ ਫਤਿਹਗੜ੍ਹ ਸਾਹਿਬ ਆਪਣੀ ਏਜੰਸੀ ਦੀ ਜਿਹੜੀ ਓਪਨਿੰਗ ਹੋਈ ਹੈ ਉੱਥੇ 3-4 ਡਿਲੀਵਰੀਆਂ ਹੋਈਆਂ ਵੀ ਨੇ, ਤਾਂ ਉਹਨਾਂ ਵਿੱਚੋਂ ਇੱਕ ਟਰੈਕਟਰ ਜਿਹੜਾ 5936 ਅਤੇ ਇਹ ਟਰੈਕਟਰ ਦੀ ਵੀ ਡਿਲੀਵਰੀ ਹੋਈ ਹੈ। ਅੱਜ ਸਾਡੇ ਨਾਲ ਵੀਰ ਕਰਤਾਰ ਤੋਂ ਹਰਮਨਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜੀ, ਅਤੇ ਆਪਾਂ ਇਹਨਾਂ ਤੋਂ ਆ ਜਿਹੜੀ ਟਰੈਕਟਰ ਦੀ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ। ਕਿੰਨੇ ਹੌਸ ਪਾਵਰ ਦਾ ਇਹ ਟਰੈਕਟਰ ਹੈ, ਠੀਕ ਹੈ ਜੀ, 4-wheel ਡਰਾਈਵ ਦੇ ਉੱਪਰੋਂ ਕਿਵੇਂ ਆ ਪਲੇਟਫਾਰਮ ਹੈ, ਜਦ ਤੁਹਾਨੂੰ ਸਾਰਾ ਆਪਾਂ ਡਿਟੇਲ ਦੱਸਾਂਗੇ, ਅਤੇ ਨਾਲ ਕੀ ਅਸੈਸਰੀ ਜਿਹੜੀ ਉਹ ਪ੍ਰੋਵਾਈਡ ਹੋ ਰਹੀ ਹੈ, ਅਤੇ ਟਰੈਕਟਰ ਨੂੰ ਬਾਏ ਕਰਨ ਦੇ ਖਰੀਦਣ ਦੇ ਕੀ ਪ੍ਰੋਸੈਸ ਹੈ, ਇਹ ਸਾਰੇ ਤੁਹਾਨੂੰ ਅੱਜ ਆਪਾਂ ਵੀਡੀਓ 'ਚ ਕਵਰ ਕਰਾਂਗੇ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਆਪਣੇ ਕਰਤਾਰ ਟਰੈਕਟਰ ਬਾਰੇ ਆਪਾਂ ਸ਼ੁਰੂਆਤ ਕਰਨੀ ਅੱਜ, ਥੋੜ੍ਹੀ ਜਿਹੀ ਦੱਸਣੀ ਆਪਾਂ ਨੇ, ਅਤੇ ਵੀਰ ਜੀ ਆਪਣਾ ਟਰੈਕਟਰ ਦੱਸੋ ਪਹਿਲਾਂ, ਆਪਣਾ ਕਦੋਂ ਤੋਂ ਲਾਂਚ ਹੋਇਆ ਆਪਣਾ? ਆਪਾਂ 2016 ਦੇ ਵਿੱਚ ਟਰੈਕਟਰ ਬਣਾਉਣੇ ਸ਼ੁਰੂ ਕਰਤੇ ਸੀਗੇ, ਠੀਕ ਹੈ, ਔਰ ਉਹ ਤੋਂ ਬਾਅਦ ਪਹਿਲੇ ਆਪਾਂ ਐਕਸਪੋਰਟ ਕਰ ਰਹੇ ਸੀਗੇ, ਆਪਾਂ ਇੰਡੀਆ ਦੇ ਵਿੱਚ ਕੋਈ ਵੀ ਮਾਡਲ ਲਾਂਚ ਨਹੀਂ ਕੀਤਾ ਸੀਗਾ। ਹੁਣ 2021 ਦੇ ਐਂਡ ਦੇ ਵਿੱਚ, ਨਵੰਬਰ ਦਸੰਬਰ ਦੇ ਵਿੱਚ ਆਪਾਂ ਇੰਡੀਆ ਦੇ ਵਿੱਚ ਵੀ ਟਰੈਕਟਰ ਆਪਣੇ ਲਾਂਚ ਕਰਤੇ ਸੀਗੇ। ਸਭ ਤੋਂ ਪਹਿਲਾਂ ਆਪਾਂ 40-36, 45-36 ਅਤੇ 51-36 ਤਿੰਨ ਮਾਡਲ ਲਾਂਚ ਕੀਤੇ ਸੀਗੇ। ਉਸ ਤੋਂ ਬਾਅਦ ਫਿਰ ਜਨਵਰੀ ਦੇ ਵਿੱਚ 50-36, ਅਤੇ ਹੁਣ ਆਪਾਂ ਇੱਕ 59-36 ਜੋ 4 ਸਿਲੰਡਰ ਦੇ ਵਿੱਚ ਆ, 60 ਹਾਰਸ ਪਾਵਰ ਕੈਟਾਗਰੀ ਦਾ ਟਰੈਕਟਰ ਲਾਂਚ ਕੀਤਾ। ਅੱਛਾ, ਆਪਾਂ ਇਹਦੇ ਰੰਗ ਦੀ ਗੱਲ ਕਰਨੀ ਹੈ, ਬੜਾ ਯੂਨੀਕ ਜਿਹਾ ਕਲਰ ਆ ਇਹਦਾ। ਇਹ ਆਪਣਾ ਜਾਵਾ ਰੈੱਡ ਕਲਰ ਦੇ ਵਿੱਚ ਆ ਜਾਂਦਾ, ਜਾਵਾ ਰੈੱਡ ਕਲਰ ਜੋ ਆਪਣੇ ਗਲੋਬ ਟਰੈਕ ਸੀਰੀਜ਼ ਹੈਗੀ, ਜਿੰਨੀ ਕਰਾਰੋ ਟਰਾਂਸਮਿਸ਼ਨ ਦੇ ਨਾਲ ਟਰੈਕਟਰ ਆਉਣਗੇ ਉਹ ਸਾਰੇ ਇਹੀ ਕਲਰ ਦੇ ਵਿੱਚ ਸੀਰੀਜ਼ਾਂ ਦਾ। ਹਾਂ, ਇਹ ਸੀਰੀਜ਼ ਹੈ ਜੀ। ਇਹ ਆਪਣੇ ਕੋਲ ਦੋ ਕਲਰ ਵੈਰੀਐਂਟ, ਆਪਣੇ ਕੋਲ ਦੋ ਵੈਰੀਐਂਟ ਨੇ, ਇੱਕ ਗਲੋਬ ਟਰੈਕ ਦੇ ਵਿੱਚ ਹੈ ਜੋ ਕਰਾਰੋ ਟਰਾਂਸਮਿਸ਼ਨ ਦੇ ਨਾਲ ਆਉਣਗੇ ਟਰੈਕਟਰ, ਉਹ ਆਉਣਗੇ ਜਾਵਾ ਰੈੱਡ ਕਲਰ ਦੇ ਵਿੱਚ, ਔਰ ਜੋ ਆਪਣੀ ਖੁਦ ਦੀ ਟਰਾਂਸਮਿਸ਼ਨ ਦੇ ਵਿੱਚ ਹੈ ਜਿੱਦਾਂ ਤੁਸੀਂ 40-36, 45-36, 51-36 ਦੇਖਿਆ, ਉਹ ਬਲੂ ਐਂਡ ਬਲੈਕ ਕੋਂਬੀਨੇਸ਼ਨ। ਠੀਕ ਹੈ, ਤੇ ਹੁਣ ਆਪਾਂ ਗੱਲ ਕਰਦੇ ਹਾਂ ਦੀ HP ਦੀ, ਹੈ ਨਾ, ਜਿਹੜਾ ਮੇਨ ਆਪਣਾ ਮੋਟਰ ਦਾ ਵੀਡੀਓ ਬਣਾਉਣ ਦਾ, ਤੇ ਆਪਣੀ ਇਹਦੀ ਹੌਸ ਪਾਵਰ ਦੱਸੋ, ਤੇ ਕਿਹੜੇ-ਕਿਹੜੇ ਕੰਮਾਂ ਦੇ ਵਿੱਚ ਇਹ ਆਪਾਂ ਨੂੰ ਫਾਇਦੇਮੰਦ ਹੈ? ਇਹ ਟਰੈਕਟਰ ਦੇ ਵਿੱਚ ਤੁਸੀਂ ਦੇਖਿਆ ਕਰਲੋਸਕਰ ਦਾ 4 ਸਿਲੰਡਰ ਇੰਜਨ ਆਪਾਂ ਯੂਜ਼ ਕਰ ਰਹੇ ਹਾਂਗੇ, ਠੀਕ ਹੈ। ਹੁਣ ਤੱਕ ਆਪਾਂ ਗੱਲ ਕਰੀਏ 3 ਸਿਲੰਡਰ ਇੰਜਨ ਆਪਾਂ ਬਹੁਤ ਸਾਰੇ ਟਰੈਕਟਰਾਂ 'ਚ ਦੇਖ ਚੁੱਕੇ ਹਾਂ, ਬਿਲਕੁਲ, ਤਾਂ ਹੁਣ ਆਪਾਂ 4 ਸਿਲੰਡਰ ਇੰਜਨ ਦੇ ਨਾਲ 60 ਹਾਰਸ ਪਾਵਰ ਕੈਟਾਗਰੀ ਦਾ ਟਰੈਕਟਰ ਲੈ ਕੇ ਆਏ ਹਾਂ, ਜਿਹੜਾ ਕਿ 4160 ਦਾ ਇੰਜਨ ਹੈਗਾ, ਔਰ 2200 ਰੇਟਡ ਹੌਸ ਪਾਵਰ ਹੈ, ਜੋ ਆਪਣੀ 60 HP ਕੈਟਾਗਰੀ ਹੈ ਉਹ 2200 RPM ਦੇ ਉੱਪਰ ਪੂਰੀ ਕਰਦਾ। ਹੁਣ ਤੱਕ ਜਿੱਦਾਂ ਤੁਸੀਂ ਦੇਖਿਆ ਹੋਊਗਾ ਬਹੁਤ ਸਾਰੇ ਟਰੈਕਟਰਾਂ ਦੇ ਵਿੱਚ 3 ਸਿਲੰਡਰ ਤੱਕ ਇੰਜਨ ਤੁਸੀਂ ਦੇਖਿਆ ਕਰਲੋਸਕਰ। ਹਾਂਜੀ, ਹੁਣ ਆਪਣਾ 4 ਸਿਲੰਡਰ ਕਰਲੋਸਕਰ ਇੰਜਨ ਇਹਦੇ ਵਿੱਚ ਆਪਾਂ ਯੂਜ਼ ਕਰ ਰਹੇ ਹਾਂਗੇ, ਠੀਕ ਹੈ, ਜਿਹੜਾ ਕਿ 4160 CC ਦਾ ਇੰਜਨ ਹੈ, ਠੀਕ ਹੈ, ਔਰ 232 Nm ਟੋਰਕ ਹੈ ਇਹਦੀ, ਔਰ 45% ਬੈਕਅਪ ਟੋਰਕ ਦੇ ਨਾਲ। ਅੱਛਾ, ਬੈਕਅਪ ਟੋਰਕ ਦੇ ਨਾਲ, ਔਰ 2200 ਰੇਟਡ ਇੰਜਨ ਹੈ ਇਹ, 2200 ਦੇ ਉੱਪਰ ਆਪਾਂ ਕਹਿੰਦੇ 2200 ਚੱਕਰਾਂ ਦੇ ਉੱਪਰ ਆਪਣੀ ਪੂਰੀ ਹੌਸ ਪਾਵਰ ਉਹ ਜਨਰੇਟ ਕਰਦਾ ਹੈ। ਤੇ ਨਾ ਇਹਦੇ ਟਰਾਂਸਮਿਸ਼ਨ ਦੀ ਬੜੀ ਚਰਚਾ ਹੈ, ਟਰਾਂਸਮਿਸ਼ਨ, ਹਾਂਜੀ, ਉਹ ਮਾੜਾ ਜਿਹਾ ਦੱਸ ਇੱਕ ਵਾਰ ਵੀ ਟਰਾਂਸਮਿਸ਼ਨ। ਅਗਰ ਆਪਾਂ ਦੇਖਦੇ ਆ ਜੀ, ਇਹਦੇ ਵਿੱਚ ਤੁਹਾਨੂੰ ਕਰਾਰੋ ਦੀ ਟਰਾਂਸਮਿਸ਼ਨ ਮਿਲ ਜਾਂਦੀ ਹੈਗੀ, ਕਰਾਰੋ 12+12 ਸਿੰਕਰੋ ਸ਼ਟਲ ਦੇ ਨਾਲ, ਔਰ ਫਰੰਟ ਦੇ ਵਿੱਚ ਵੀ ਅਗਰ ਗੱਲ ਕਰੀਏ ਤਾਂ ਆਪਾਂ ਕਰਾਰੋ ਦਾ ਹੀ 4-wheel ਡਰਾਈਵ ਐਕਸਲ ਯੂਜ਼ ਕਰ ਰਹੇ ਹਾਂਗੇ, ਫਰੰਟ 'ਚ ਵੀ ਕਰਾਰੋ ਦਾ ਹੀ, 4-wheel ਡਰਾਈਵ ਟਰੈਕਟਰ ਦੇ ਵਿੱਚ ਆਪਣਾ ਫਰੰਟ ਦੇ ਵਿੱਚ ਜੋ ਐਕਸਲ ਹੈਗਾ ਉਹ ਕਰਾਰੋ ਦਾ ਹੈਗਾ, ਜਿੱਦਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਰਾਰੋ ਦੀ ਪਲੇਟ ਵੀ ਲੱਗ ਕੇ ਆਉਂਦੀ ਹੈਗੀ ਪ੍ਰੋਪਰ, ਔਰ ਜੋ 2-wheel ਟਰੈਕਟਰ ਹੈਗਾ 2-wheel ਡਰਾਈਵ ਦੇ ਵਿੱਚ ਤੁਹਾਨੂੰ ਐਡਜਸਟੇਬਲ ਐਕਸਲ ਬੈਲੈਂਸ ਟਾਈਪ ਪਾਵਰ ਸਟੀਅਰਿੰਗ ਦੇ ਨਾਲ 7-5-16 ਦੇ ਟਾਇਰਾਂ ਦੇ ਵਿੱਚ ਮਿਲ ਜਾਏਗਾ, ਠੀਕ ਠੀਕ ਹੈ ਠੀਕ, ਔਰ 4-wheel ਦੇ ਵਿੱਚ 9-5-24 ਤੇ 16-9-28 ਦੇ ਟਾਇਰ ਕੰਬੀਨੇਸ਼ਨ, ਠੀਕ ਹੈ, ਇਹਦਾ ਤੇ 9-5-24 ਦਾ ਤੇ 16-9-28, 2-wheel ਦੇ ਵਿੱਚ 16-9-28 ਤੇ 7-5-16 ਦਾ, 7-5-16, ਠੀਕ ਹੈ ਜੀ, ਉਹ ਦੂਜਾ ਵੈਰੀਐਂਟ ਵੀ ਖੜਾ ਉਹ ਇੱਕ, ਉਹਦੇ ਵਿੱਚ ਕੀ ਆਉਂਦਾ ਹੈਗਾ ਕਿ ਜੋ ਇਦਾਂ ਤੁਸੀਂ ਵੇਟ ਦੇਖ ਰਹੇ ਹੋਗੇ ਇਹਦੇ ਵਿੱਚ ਤੁਹਾਨੂੰ ਹੈਂਗਿੰਗ ਟਾਈਪ ਵੇਟ ਮਿਲ ਰਹੇ ਨੇਗੇ, ਔਰ ਜੋ 2-wheel ਹੈਗਾ ਉਹਦੇ ਵਿੱਚ ਤੁਹਾਨੂੰ 95 kg ਦਾ ਬੰਪਰ ਮਿਲ ਜਾਏਗਾ ਜੋ ਪਹਿਲੇ ਮਾਡਲਾਂ ਦੇ ਵਿੱਚ ਆ ਰਿਹਾ ਸੀ, ਬਾਕੀ ਚੁਆਇਸ ਆਪਣੀ ਨਹੀਂ, ਫਿਲਹਾਲ ਆਪਾਂ ਇਹੀ ਦੇ ਰਹੇ ਹਾਂਗੇ ਜੀ, ਠੀਕ ਹੈ ਠੀਕ ਹੈ। ਤੇ ਇੱਛੇ ਇੱਕ ਆ ਜਿਹੜੀ ਪਲੇਟ ਜੀ ਲੱਗੀ ਹੋਈ ਹੈ, ਇਹਦਾ ਕੀ ਬੈਨੀਫਿਟ ਹੈ? ਜਿੱਦਾਂ ਦੇਖੋ ਜੀ, ਟਰੈਕਟਰ ਆਪਣਾ ਕਈ ਵਾਰ ਇਦਾਂ ਦੇ ਕੰਮਾਂ ਯੂਜ ਹੁੰਦਾ, ਆਪਾਂ ਬਹੁਤ ਜ਼ਿਆਦਾ ਝਟਕੇ ਮਰਵਾਉਣੇ ਹਾਂਗੇ, ਤਾਂ ਇਹ ਸੇਫਟੀ ਲਈ ਹੈ ਜੋ ਤੁਹਾਡੀ 86 ਤੇ ਟਰਾਂਸਮਿਸ਼ਨ ਨੂੰ ਬੰਨ ਕੇ ਰੱਖਦੀ ਹੈਗੀ, ਪੂਰਾ ਟਰੈਕਟਰ ਇੱਥੋਂ ਬੰਨਿਆ ਜਾਂਦਾ, ਜੇ ਅਗਰ ਤੁਹਾਡਾ ਮੰਨ ਲਓ ਪਿੱਛੇ ਝਟਕਾ ਰਿਹਾ ਤਾਂ ਅੱਗੇ ਤੱਕ ਡਿਸਟ੍ਰੀਬਿਊਟ ਹੋ ਰਿਹਾ ਹੈਗਾ, ਬਿਲਕੁਲ, ਔਰ ਅਗਰ ਅੱਗੋਂ ਕਈ ਵਾਰ ਆਪਾਂ ਅੱਗੋਂ ਕੋਈ ਝਟਕਾ ਰਿਹਾ, ਕਿਤੇ ਟਰੈਕਟਰ ਫਸ ਗਿਆ ਜਾਂ ਕਈ ਵਾਰ ਟੋਚਨ ਕਰ ਲਿਆ ਕਿੱਦਾਂ ਵੀ ਹੈ, ਤਾਂ ਜੋ ਲੋਡ ਆ ਤੁਹਾਡਾ ਇੱਕ ਝਟਕੇ ਦਾ ਰਿਹਾ ਉਹ ਪੂਰੇ ਟਰੈਕਟਰ ਦੇ ਉੱਪਰ ਵੰਡਿਆ ਜਾਂਦਾ, ਬਿਲਕੁਲ ਬਿਲਕੁਲ, ਇਹਦੇ ਨਾਲ ਸੇਫਟੀ ਹੈ ਵੈਸੇ, ਹਾਂਜੀ, ਬਹੁਤ ਜ਼ਿਆਦਾ ਸੇਫਟੀ ਹੈ, ਪ੍ਰੋਬਲਮ ਆਈ ਜਾਂਦੀ ਹੈ ਨਾ, ਹਾਂਜੀ ਹਾਂਜੀ, ਉਦਾਂ ਦਾ ਆਪਾਂ ਗੱਲ ਕਰ ਲਈ ਪਲੇਟਫਾਰਮ ਦੇਖੋਗੇ ਤਾਂ ਕਾਫੀ ਖੁੱਲਾ ਡੋਲਾ ਪਲੇਟਫਾਰਮ ਮਿਲ ਜਾਂਦਾ ਹੈਗਾ, ਸਸਪੈਂਡਰ ਟਾਈਪ ਤੁਹਾਨੂੰ ਪੈਡਲ ਮਿਲ ਜਾਂਦੇ ਨੇਗੇ, ਔਰ ਪੀਟੀਓ ਕਲੱਚ ਦੀ ਗੱਲ ਕਰ ਲਈਏ ਤਾਂ ਆਪਾਂ ਨੂੰ ਇਹ ਡਬਲ ਕਲੱਚ ਦੇ ਵਿੱਚ ਆ ਜਾਂਦਾ, ਪੀਟੀਓ ਕਲੱਚ ਉਹ ਵੱਖਰਾ, ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਆਪਾਂ ਗੱਲ ਕੀਤੀ 12+12, ਹਾਂਜੀ, ਆਪਾਂ ਨੂੰ ਟਰਾਂਸਮਿਸ਼ਨ ਮਿਲ ਜਾਂਦੀ ਹੈ 12 ਗੇਅਰ ਫਾਰਵਰਡ ਦੇ, ਔਰ 12 ਹੀ ਗੇਅਰ ਤੁਹਾਨੂੰ ਰਿਵਰਸ ਦੇ, 12 ਜੇ ਸ਼ਟਲ ਸ਼ਿਫਟ ਆ ਜਾਂਦਾ, ਸ਼ਟਲ ਲੀਵਰ ਆ ਜਾਂਦਾ ਜੀ, ਫਾਰਵਰਡ ਪਿੱਛੇ ਰਿਵਰਸ, ਠੀਕ ਹੈ, ਔਰ ਇੱਧਰ ਗੱਲ ਕਰੀਏ ਨਾਲ ਤੁਹਾਨੂੰ 2-wheel ਤੇ 4-wheel ਦਾ ਲੀਵਰ ਮਿਲ
ਬ੍ਰੇਕ ਦਾ ਲੀਵਰ ਮਿਲ ਜਾਂਦਾ ਗਾ ਔਰ ਇੱਧਰ ਤੁਹਾਨੂੰ ਪੀਟੀਓ ਦੀ ਡਬਲ ਆਪਸ਼ਨ ਮਿਲ ਜਾਂਦੀ ਹੈ ਪਿੱਛੇ ਕਰੋਗੇ ਤਾਂ ਇੱਧਰ ਤੁਹਾਨੂੰ 540 ਜਾਂ 540 ਇਹ ਜੋ ਮੂਡ ਆਪਾਂ ਪਿੱਛੋਂ ਸਿਲੈਕਟ ਕਰ ਰੱਖਿਆ ਇਹ ਗੇਰਾਂ ਚ ਵੀ ਪੀਟੀਓ ਹੁੰਦੀ ਹੈ ਤਿੰਨ ਤਰ੍ਹਾਂ ਦੀ ਪੀਟੀਓ ਮਿਲ ਜਾਂਦੀ ਹੈ 540 540 ਈ ਤੇ ਗਰਾਊਂਡ ਸਪੀਡ ਪੀਟੀਓ ਗਰਾਊਂਡ ਸਪੀਡ ਪੀਟੀਓ ਜਿੰਨਾ ਤੁਹਾਡਾ ਟਰੈਕਟਰ ਮੂਵ ਹੋਏਗਾ ਅੱਗੇ ਨੂੰ ਜਾਂ ਪਿੱਛੇ ਨੂੰ ਉਸੇ ਤਰ੍ਹਾਂ ਹੀ ਫਾਰਵਰਡ ਜਾਂ ਰਿਵਰਸ ਦੇ ਵਿੱਚ ਤੁਹਾਡੀ ਪੀਟੀਓ ਦੀ ਸਪੀਡ ਵਧੇ ਘਟੇਗੀ ਉਹ ਉਸੇ ਹਿਸਾਬ ਨਾਲ ਹਾਂਜੀ ਟਰੈਕਟਰ ਚੱਲਦੇ ਦੇ ਵਿੱਚ ਇਹ ਤੁਹਾਨੂੰ ਸਟੇਸ਼ਨਰੀ ਦੇ ਵਿੱਚ ਨਹੀਂ ਟਰੈਕਟਰ ਜਿੰਨਾ ਮੂਵ ਹੋ ਰਿਹਾ ਉਹਦੇ ਹਿਸਾਬ ਨਾਲ ਮਿਲੇਗੀ ਠੀਕ ਹੈ ਠੀਕ ਔਰ ਇੱਧਰ ਗੱਲ ਕਰੀਏ ਤੁਹਾਨੂੰ ਹਾਈ ਲੋ ਮੀਡੀਅਮ ਦਾ ਲੀਵਰ ਮਿਲ ਜਾਂਦਾ ਹੈਗਾ ਹਾਂਜੀ ਔਰ ਨਾਲ ਤੁਹਾਨੂੰ 1-2-3-4 ਗੇਅਰ ਰੇਂਜ ਲੀਵਰ ਮਿਲ ਜਾਂਦਾ ਔਰ ਇੱਥੇ ਗੱਲ ਕਰ ਲਈਏ ਤਾਂ ਸਾਨੂੰ ਡਰਾਫਟ ਤੇ ਪੋਜੀਸ਼ਨ ਲੀਵਰ ਮਿਲ ਜਾਂਦੇ ਨੇ ਲਿਫਟ ਲਈ ਔਰ ਨਾਲ ਇੱਕ ਲਿਫਟ ਆਟੋਮੈਟਿਕ ਬਟਨ ਮਿਲ ਜਾਂਦਾ ਹੈਗਾ ਅੱਛਾ ਨਾਲ ਦੂਜਾ ਜਿਹੜਾ ਹਾਂ ਜਿੱਦਾਂ ਆਪਾਂ ਹੁਣ ਕਈ ਵਾਰ ਕੀ ਹੁੰਦਾ ਹੈਗਾ ਕਿ ਆਪਾਂ ਦੋਨੋਂ ਲੀਵਰ ਸੈੱਟ ਕਰ ਲਏ ਪੋਜੀਸ਼ਨ ਲੀਵਰ ਵੀ ਸੈੱਟ ਕਰ ਲਿਆ ਹੁੰਦਾ ਨਾਲ ਡਰਾਫਟ ਲੀਵਰ ਆਪਣਾ ਸੈੱਟ ਕਰ ਲਿਆ ਹੁੰਦਾ ਜੋ ਲਿਫਟ ਚੱਕਣੀ ਹੁੰਦੀ ਹੈ ਸਾਨੂੰ ਵਾਰ ਵਾਰ ਸੈਟਿੰਗ ਹਲਾਉਣੀ ਪੈਂਦੀ ਹੈ ਬਿਲਕੁਲ ਆਹ ਤੁਹਾਨੂੰ ਇੱਕ ਲੀਵਰ ਮਿਲ ਜਾਂਦਾ ਹੈਗਾ ਆਹ ਬਟਨ ਉੱਪਰ ਕਰੋਗੇ ਤਾਂ ਤੁਹਾਡੀ ਲਿਫਟ ਪੂਰੀ ਉੱਪਰ ਉੱਠ ਜਾਏਗੀ ਔਰ ਦੁਬਾਰਾ ਗਰਾਉਂਡ ਲਈ ਇਹਨੂੰ ਜਿੱਦਾਂ ਨੀਚੇ ਦੱਬੋਗੇ ਪਹਿਲੇ ਵਾਲੀ ਸੈਟਿੰਗ ਜੀ ਦੁਬਾਰਾ ਲਿਫਟ ਤੁਹਾਡੀ ਨੀਚੇ ਜੀ ਜੀ ਬਿਲਕੁਲ ਤੇ ਬਾਕੀ ਆਪਣਾ ਮੀਟਰ ਔਰ ਮੀਟਰ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਆਇਲ ਪ੍ਰੈਸ਼ਰ ਇੰਡੀਕੇਸ਼ਨ ਮਿਲ ਜਾਏਗੀ ਔਰ ਫਿਊਲ ਦਾ ਇੰਡੀਕੇਸ਼ਨ ਮਿਲ ਜਾਂਦੀ ਹੈ ਔਰ ਬੈਟਰੀ ਚਾਰਜਿੰਗ ਦੀ ਮਿਲ ਜਾਂਦੀ ਹੈ ਨਾਲ ਟੈਂਪਰੇਚਰ ਦੀ ਇੰਡੀਕੇਸ਼ਨ ਮਿਲ ਜਾਂਦੀ ਹੈ ਔਰ ਰੀਡਿੰਗ ਘੰਟਿਆਂ ਵਾਲੀ ਹੈ ਆਰਪੀਐਮ ਔਰ ਪਲੱਸ ਤੁਹਾਨੂੰ ਆਵਰ ਮੀਟਰ ਰੀਡਿੰਗ ਮਿਲ ਜਾਂਦੀ ਹੈ ਇਹ ਆਪਣੇ ਸਾਰੇ ਟਰੈਕਟਰ 3000 ਆਰਪੀਐਮ 'ਚ ਨੇ ਹਾਂਜੀ ਟੌਪ ਇਹ ਮੀਟਰ ਦੇ ਉੱਪਰ ਆਪਾਂ ਨੂੰ 3000 ਤੱਕ ਦਾ ਮਿਲ ਜਾਂਦੇ ਹੈਗੇ ਨੋਰਮਲੀ ਆਪਣੇ ਜਿੰਨੇ ਟਰੈਕਟਰ ਨੇ 2200 ਔਰ ਰੇਟਡ ਤੱਕ ਨੇਗੇ ਔਰ ਪਲੱਸ 2300-2350 ਤੱਕ ਆਪਣੇ ਸਪੀਡ ਆਉਂਦੀ ਹੈ ਟੌਪ ਠੀਕ ਹੈ ਅੱਛਾ ਬਾਕੀ ਹੁਣ ਤੁਸੀਂ ਉੱਪਰ ਬੈਠੇ ਹੋ ਇੱਕ ਵਾਰ ਡੀਜ਼ਲ ਟੈਂਕ ਦਾ ਇਹਦਾ ਕਿੰਨੀ ਫਿਊਲ ਟੈਂਕ ਇਹਦੇ ਵਿੱਚ ਆਪਣੀ 60 ਲੀਟਰ ਦੀ ਕੈਪੈਸਿਟੀ ਆ ਜਾਂਦੀ ਹੈਗੀ ਠੀਕ ਹੈ ਜੀ ਔਰ ਤੇ ਆ ਜੋ ਇੱਕ ਤੁਹਾਡਾ ਪੀਟੀਓ ਕਲਚ ਆ ਜਾਂਦਾ ਹਨ ਹੱਥ ਦੇ ਵਿੱਚ ਆ ਜਾਂਦਾਗਾ ਔਰ ਆਹ ਕਲਚ ਆਪਣਾ ਸਿਰਫ ਟਰਾਂਸਮਿਸ਼ਨ ਲਈ ਆ ਜਾਂਦਾਗਾ ਯਾਨੀ ਡਬਲ ਕਲਚ ਚ ਆ ਡਬਲ ਕਲਚ ਦੇ ਜਿਹੜਾ ਡੂਅਲ ਤੇ ਡਬਲ ਚ ਫਰਕ ਹੁੰਦਾ ਡਿਊਲ ਦੇ ਵਿੱਚ ਕੀ ਹੁੰਦਾ ਕਿ ਅੱਧਾ ਕਲਚ ਦਬਾਵਾਂਗੇ ਟਰੈਕਟਰ ਰੁਕ ਜਾਏਗਾ ਪੂਰਾ ਦਬਾਵਾਂਗੇ ਸਾਡੇ ਨਾਲ ਪੀਟੀਓ ਵੀ ਰੁਕ ਜਾਏਗੀ ਬਟ ਇਹ ਚ ਆਪਾਂ ਸੈਪਰੇਟ ਪਹਿਲਾਂ ਪੀਟੀਓ ਜਾਂ ਪਹਿਲਾਂ ਟਰੈਕਟਰ ਕੁਝ ਵੀ ਰੁਕ ਸਕਦੇ ਠੀਕ ਹੈ ਠੀਕ ਹੈ ਤੇ ਆਪਾਂ ਇੱਕ ਵਾਰ ਹੁਣ ਟਰਾਂਸਮਿਸ਼ਨ ਦੀ ਗੱਲ ਕਰ ਲਈਏ ਪਿਛਲੇ ਦੀ ਬਾਈ ਪਹਿਲਾਂ ਲਿਫਟ ਕਪੈਸਿਟੀ ਬਾਰੇ ਵੀ ਮੜ ਜਾ ਇਹਦੇ ਵਿੱਚ ਤੁਹਾਨੂੰ ਮੀਟਾ ਕੰਪਨੀ ਦੀ 2200 ਕਿਲੋਗ੍ਰਾਮ ਦੀ ਲਿਫਟ ਮਿਲੇਗੀ ਠੀਕ ਹੈ ਔਰ ਨਾਲ ਤੁਹਾਨੂੰ ਬੁੱਕਰ ਕੰਪਨੀ ਦਾ ਡਿਸਟ੍ਰੀਬਿਊਟਰ ਮਿਲ ਜਾਏਗਾ ਜੋ ਡਬਲ ਐਕਟਿੰਗ ਤੇ ਸਿੰਗਲ ਐਕਟਿੰਗ ਕਨਵਰਟੇਬਲ ਹੈ ਜਿੱਦਾਂ ਆਪਾਂ ਟਰਾਲੀ ਦੇ ਉੱਪਰ ਸਿਰਫ ਇੱਕ ਪੈਪ ਲਗਾਉਣੀ ਹੁੰਦੀ ਹੈ ਤਾਂ ਆਪਾਂ ਨੂੰ ਸਿੰਗਲ ਐਕਟਿੰਗ ਦੀ ਜ਼ਰੂਰਤ ਪੈਂਦੀ ਹੁੰਦੀ ਹੈ ਬਿਲਕੁਲ ਇੱਕ ਸਾਈਡ ਮੈਂ ਲੀਵਰ ਦਬਾਇਆ ਮੇਰੀ ਟਰਾਲੀ ਉੱਠ ਜਾਏ ਦੂਜੀ ਸਾਈਡ ਨਿਊਟਰਲੀ ਉਹ ਟਰਾਲੀ ਆਪਣੇ ਵਜਨ ਨਾਲ ਹੀ ਨੀਚੇ ਆ ਜੇ ਨੀਚੇ ਆ ਔਰ ਕਈ ਵਾਰ ਕਿ ਪਾਵਰ ਹੈਰੋ ਵਗੈਰਾ ਜਾਂ ਇੱਦਾਂ ਦੇ ਇੰਪਲੀਮੈਂਟ ਹੁੰਦੇ ਆ ਅਗਰ ਇਹਦੇ ਵਿੱਚੋਂ ਮੇਰਾ ਪ੍ਰੈਸ਼ਰ ਜਾ ਰਿਹਾ ਹੈਰੋ ਖੁੱਲ ਰਹੀ ਹੈ ਤਾਂ ਦੂਜੇ ਪੈਪ ਦੇ ਵਿੱਚੋਂ ਤੇਲ ਵਾਪਸ ਵੀ ਆ ਰਿਹਾ ਹੁੰਦਾ ਉਸ ਟਾਈਮ ਆਹ ਪੈਪ ਮੇਰੀ ਨਿਊਟਰਲ ਰਹੇਗੀ ਠੀਕ ਹੈ ਔਰ ਅਗਰ ਮੈਂ ਲੀਵਰ ਦੂਜੀ ਸਾਈਡ ਮੂਵ ਕਰੂੰਗਾ ਤਾਂ ਇਧਰੋਂ ਆਹ ਪੈਪ ਮੇਰੀ ਪ੍ਰੈਸ਼ਰ ਦੇਊਗੀ ਆਹ ਵਾਲੀ ਪੈਪ ਨਿਊਟਰਲ ਰਹੇਗੀ ਉਹ ਆਪਾਂ ਇੱਥੇ ਇੱਕ ਜਿੱਦਾਂ ਕੀ ਹੁੰਦਾ ਕਿ ਆਪਣੇ 540 ਜੋ ਸਪੀਡ ਆ 1968 ਚੱਕਰਾਂ ਤੇ ਮਿਲਦੀ ਹੈ ਇੰਜਨ ਦੇ ਤੁਹਾਡੇ 1968 ਚੱਕਰ ਆਉਂਦੇ ਆ ਤਾਂ ਪਿੱਛੇ ਪੀਟੀਓ ਦੇ ਆਪਾਂ ਨੂੰ 540 ਚੱਕਰ ਮਿਲਦੇ ਆ ਜੇ ਆਪਾਂ ਉੱਥੇ ਆਰਪੀਐਮ ਨੂੰ ਰੱਖਾਂਗੇ ਤਾਂ ਇੱਥੇ ਪੂਰੇ ਇੱਥੇ 540 ਮਿਲਣਗੇ ਬਟ ਕਈ ਵਾਰ ਕੀ ਹੁੰਦਾ ਕਿ ਆਪਾਂ ਹਲਕੇ ਕੰਮ ਲਈ ਪੀਟੀਓ ਯੂਜ਼ ਕਰ ਰਹੇ ਹੁੰਨੇ ਆ ਹਾਂ ਬਿਲਕੁਲ ਫਿਰ ਆਪਾਂ ਪਿੱਛੇ ਵੀ ਚੱਕਰ ਉਨੇ ਹੀ ਪੂਰੇ ਆਪਾਂ ਪੁਲੀਆਂ ਤੋਂ ਇੱਕ ਵਾਰ ਸੈੱਟ ਕੀਤੇ ਹੁੰਦੇ ਆ ਅਗਰ ਤੁਸੀਂ ਲੋਡ ਦੇ ਵਿੱਚ ਲਾ ਰਹੇ ਹੋ ਤਾਂ ਮੰਨ ਲਓ 1968 ਦੇ ਉੱਪਰ 540 ਦੇ ਨਾਲ ਤੁਹਾਡੇ ਚੱਕਰ ਪੂਰੇ ਹੋ ਰਹੇ ਆ ਕੱਲ ਨੂੰ ਆਪਾਂ ਘਰ ਦੀ ਲਾਈਟ ਯੂਜ਼ ਕਰਨੀ ਹੈ ਉੱਥੇ ਆਪਾਂ ਨੂੰ ਟਰੈਕਟਰ ਦਾ ਲੋਡ ਦੀ ਜ਼ਰੂਰਤ ਨਹੀਂ ਹੈ ਜਿਵੇਂ ਖਰਚੇ ਵੱਧਦੇ ਆ ਜਾਂ ਹਲਕੇ ਕੰਮ ਲਈ ਹਾਂ ਹਲਕੇ ਕੰਮ ਦੀ ਗੱਲ ਕਰ ਲਈ ਉਦੋਂ ਅਗਰ ਆਪਾਂ ਇੰਜਨ ਦੇ ਚੱਕਰ ਘਟਾਉਂਦੇ ਤਾਂ ਪਿੱਛੇ ਵੀ ਆਪਣੇ ਫਿਰ ਚੱਕਰ ਘਟ ਜਾਂਦੇ ਨੇਗੇ ਉੱਥੇ ਫਿਰ ਜਦੋਂ ਆਪਾਂ ਇਕਨੋਮੀ ਪੀਟੀਓ ਲਾਉਨੇ ਆਂਗੇ ਤਾਂ ਜੋ 540 ਸਾਨੂੰ 1968 ਤੇ ਮਿਲਦੇ ਸੀਗੇ ਉਹ ਸਾਨੂੰ 1650 ਤੇ ਮਿਲਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਤੇ ਬਾਕੀ ਵੀਰ ਆਹ ਜਿਹੜੀਆਂ ਅਸੈਸਰੀਆਂ ਨੇ ਇਹ ਵਿਦ ਇਨਕਲੂਡ ਨੇ ਹਾਂਜੀ ਇਹ ਕੰਪਨੀ ਫਿੱਟਣਾ ਆਉਂਦੀ ਆ ਅੱਗੇ ਤੁਹਾਨੂੰ ਵੇਟ ਜਿਹਦਾ ਤੁਸੀਂ ਦੇਖੇ ਹੈਗੇ ਔਰ ਪਿੱਛੇ ਤੁਸੀਂ ਡਰਾਈਵਰ ਦੇਖੋਗੇ ਡਰਾਈਵਰ ਵੀ ਆਪਣੀ ਕਾਫੀ ਹੈਵੀ ਆ ਜਾਂਦੀ ਹੈਗੀ ਹੁੱਕ ਕਰੀ ਔਰ ਹੁੱਕ ਦੇਖੋਗੇ ਇਕੱਲਾ ਬੰਦਾ ਪਾ ਨਹੀਂ ਸਕਦਾ ਜੀ 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 ਨਹੀਂ ਜੀ ਬਾਕੀ ਸਮਾਨ ਟੌਪ ਲਿੰਕ ਇਹ ਵੀ ਕੰਪਨੀ ਫਿੱਟ ਇੰਡੀਕੇਟਰ ਦੇਖਾਂਗੇ ਤਾਂ ਆਪਾਂ ਐਲਈਡੀ ਇੰਡੀਕੇਟਰ ਆ ਜਾਂਦੇ ਨੇ ਇਹਦੇ ਵਿੱਚ ਨਿੰਦਣ ਵਾਲੀ ਇੱਕ ਚੀਜ਼ ਨਹੀਂ ਹੈ 1% ਵੀ ਟਰੈਕਟਰ ਨੂੰ ਕਿਸੇ ਪਾਸੇ ਨਿੰਦਣ ਵਾਲਾ ਹੋਵੇ ਤੇ ਆਜੋ ਇੱਕ ਵਾਰ ਤੁਹਾਨੂੰ ਇੱਧਰੋਂ ਵੀ ਆਪਾਂ ਦਿਖਾਉਂਦੇ ਹਾਂ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੰਜਣ ਬਾਰੇ ਜਾਣਕਾਰੀ ਦਿੰਦੇ ਹਾਂ ਇੰਜਣ ਕਿੰਨੇ ਸਿਲੰਡਰ ਹੈ ਸਾਰਾ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਤੇ ਬਾਕੀ ਬਈ ਆਹ ਸੁੱਚ ਵਾਲਾ ਬੜਾ ਸੋਹਣਾ ਕਰਿਆ ਯਾਰ ਕੰਮ ਇਹ ਸਵਿੱਚ ਦੀ ਗੱਲ ਕਰੀਏ ਤਾਂ ਇਹ ਆਪਣੀ ਬੈਟਰੀ ਕੱਟ ਆਫ ਵਿੱਚ ਆ ਜਾਂਦੀ ਹੈਗੀ ਜਦੋਂ ਆਪਾਂ ਕੰਮ ਕਰਕੇ ਟਰੈਕਟਰ ਨੂੰ ਲੰਮੇ ਸਮੇਂ ਲਈ ਖੜਾ ਰੱਖ ਦਿਆਂਗੇ ਤਾਂ ਨੋਰਮਲੀ ਆਪਣੇ ਕੀ ਹੈ ਕਿ ਬੈਟਰੀ ਆਈਡੀ ਉਹ ਪਾਵਰ ਚੱਲਦੀ ਰਹਿੰਦੀ ਹੈ ਤਾਂ ਬੈਟਰੀ ਆਪਣੀ ਡਿਸਚਾਰਜ ਹੋ ਜਾਂਦੀ ਹੈ ਜਦੋਂ ਆਪਾਂ ਸੁੱਚ ਨੂੰ ਆਫ ਕਰਤਾ ਤਾਂ ਕਰੰਟ ਆਪਣਾ ਬੈਟਰੀ ਤੋਂ ਅੱਗੇ ਕਿਤੇ ਵੀ ਨਹੀਂ ਜਾਏਗਾ ਠੀਕ ਹੈ ਜਾਂ ਕੱਲ ਨੂੰ ਕੋਈ ਵਾਇਰ ਕੱਟ ਗਈ ਜਾਂ ਕੁਝ ਵੀ ਹੋ ਗਿਆ ਤਾਂ ਇੱਥੋਂ ਆਪਾਂ ਇੱਕਦਮ ਬੈਟਰੀ ਦਾ ਜੋ ਕਰੰਟ ਆ ਉਹ ਕੱਟ ਕਰ ਸਕਦੇ ਹਾਂ ਉਹ ਕੱਟ ਸਕਦੇ ਆਪਾਂ ਔਰ ਗੱਲ ਕਰ ਲਈ ਟੈਂਡਮ ਪੰਪ ਤੁਸੀਂ ਦੇਖੋਗੇ ਕਾਫੀ ਵੱਡਾ ਲੱਗਿਆ ਹੋਇਆ ਕਿਉਂਕਿ
ਸਾਈਜ਼ ਦੇ ਵਿੱਚ ਦੇਖਣ ਨੂੰ ਵੱਡਾ ਲੱਗਦਾ ਹੈ। ਹਾਂਜੀ ਦੇਖਣ ਨੂੰ ਬੱਗਾ ਔਰ ਕੈਪੈਸਿਟੀ ਦੇ ਵਿੱਚ ਵੀ ਜ਼ਿਆਦਾ ਇਹ। ਠੀਕ ਹੈ ਜੀ। ਔਰ ਇਹਦੇ ਤੁਹਾਨੂੰ ਪਹਿਲਾ ਪੰਪ ਹੈ ਜੋ ਹਾਈਡ੍ਰੋਲਿਕ ਦਾ ਔਰ ਪਲੱਸ ਦੂਜਾ ਪੰਪ ਹੈ ਜਿਹੜਾ ਇਹ ਤੁਹਾਡਾ ਪਾਵਰ ਸਟੀਅਰਿੰਗ ਲਈ। ਇਹ ਪਾਵਰ ਸਟੀਅਰਿੰਗ ਆ ਗਿਆ। ਬਾਕੀ ਬਾਈ ਸਪੋਰਟਾਂ ਸੇਮ ਇੱਧਰ ਵੀ ਔਰ ਦੋਨੋਂ ਤਰਫ ਲੱਗੀ ਔਰ ਪਲੱਸ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਨਾ ਜੋ ਆਪਣਾ ਹਾਈਡ੍ਰੋਲਿਕ ਫਿਲਟਰ ਹੈਗਾ ਇਹਦੇ ਨਾਲ ਵੀ ਤੁਹਾਨੂੰ ਇੱਕ ਐਕਸਟਰਾ ਸੇਫਟੀ ਗਾਰਡ ਮਿਲ ਜਾਏਗਾ ਕਿਉਂਕਿ ਕਈ ਵਾਰ ਕਿ ਆਪਾਂ ਇਦਾਂ ਦੀ ਜ਼ਮੀਨ ਦੇ ਵਿੱਚ ਚੱਲ ਰਹੇ ਸਖਤ ਹੁੰਦੀ ਹੈ ਜ਼ਿਆਦਾ ਵੱਡੇ ਢੇਮੇ ਨਿਕਲ ਰਹੇ ਹੁੰਦੇ ਆ ਤਾਂ ਉਹਦੇ ਨਾਲ ਤੁਹਾਡੇ ਜਿਹੜੇ ਫਿਲਟਰ ਹੈਗੇ ਨੂੰ ਕੋਈ ਡੈਮੇਜ ਨਹੀਂ ਹੁੰਦਾ। अपने ओपन कर देने बोनट अपना उपर रहा। अच्छा वीर ऐ दसो अपना टर्बो नॉन टर्बो ए नॉन टर्बो इंजन अपने ट्रैक्टर हुण तक दे नॉन टर्बो इंजन ही आ रहे हुण तक जो ट्रैक्टर दी इहदी वैसे इदां ही खिचाई हुई है। हां इदां ही है जी। ठीक है जी। टर्बो दी जरूरत नहीं। हां जी बैटरी दी गल करिए बैटरी आपां अगे माउंटेड लॉक दे विच आ जांदी है जिदा मार्केट दे विच कही रहिंदा साइड तों बैटरी लै जांदी है बैटरी चोरी हुंदा डर बणा रहिंदा इह अपनी सेफ्टी आ जांदी हैगी और नाल तुहानूं जो देखो वड्डा एयर क्लीनर है ड्राई ट्रैप ठीक है जी नॉर्मल साइज ना हो ज्यादा वड्डा ये जल्दी चोक नहीं हुंदा है ठीक है ਨਾਲ ਇੱਕ ਤੁਹਾਨੂੰ ਸੈਂਸਰ ਮਿਲ ਜਾਂਦਾ ਹੈਗਾ ਇਧਰ। ਅੱਛਾ ਚੌਕਿੰਗ ਵਾਲਾ। ਹੁਣ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਮੇਰਾ ਫਿਲਟਰ ਕਿੰਨਾ ਕੁ ਚੌਕ ਆ ਤਾਂ ਕਸਟਮਰ ਕੀ ਕਰਦਾ ਹਰ ਰੋਜ਼ ਹੀ ਸਾਫ਼ ਕਰਦਾ ਰਹਿੰਦਾ ਡਰਦਾ ਤਾਂ ਫਿਲਟਰ ਜਲਦੀ ਖਰਾਬ ਹੋ ਜਾਂਦਾ। ਬਿਲਕੁਲ ਇੱਥੇ ਜਿੱਦਾਂ ਆਪਾਂ ਦੇਖਾਂਗੇ ਇੱਥੇ ਤੁਹਾਨੂੰ ਇੱਕ ਰੈੱਡ ਕਲਰ ਦਾ ਅੰਦਰ ਇੱਕ ਛੱਲਾ ਦਿਖਾਈ ਦੇ ਰਿਹਾ ਹੋਏਗਾ। ਠੀਕ ਹੈ ਜੀ। ਜਿੱਦਾਂ ਹੀ ਤੁਹਾਡੇ ਫਿਲਟਰ ਨੇ ਚੌਕ ਹੋਣਾ ਸ਼ੁਰੂ ਕੀਤਾ ਇਹ ਰੈੱਡ ਸਿਗਨਲ ਅੱਗੇ ਵੱਧਦਾ ਜਾਏਗਾ। ਅੱਛਾ ਬਸ ਇੱਥੋਂ ਜਿਹੜੀ ਆਪਾਂ ਨੂੰ ਜਜਮੈਂਟ ਆਉਂਦਾ ਪਤਾ ਲੱਗਦਾ ਰਹਿੰਦਾ ਜਿੰਨਾ ਜੋ ਮੰਨ ਲਓ ਤੁਹਾਡਾ ਇੱਥੇ ਤੱਕ ਆ ਗਿਆ ਰੈੱਡ ਸਿਗਨਲ ਤਾਂ ਆਪਾਂ ਨੂੰ ਪਤਾ ਲੱਗ ਜਾਏ ਕਿ ਮੇਰਾ ਫਿਲਟਰ ਜੋ ਚੌਕ ਹੋ ਗਿਆ ਜਲਦੀ ਹੀ ਫੁੱਲ ਚੌਕ ਹੋਣ ਵਾਲਾ ਤਾਂ ਪਹਿਲਾਂ ਆਪਾਂ ਸਾਫ਼ ਕਰ ਲਈਏ। ਫਿਲਟਰ ਸਾਫ਼ ਕਰਕੇ ਆਪਾਂ ਬਟਨ ਇੱਥੋਂ ਪ੍ਰੈਸ ਕਰਾਂਗੇ ਤਾਂ ਇਹ ਫਿਰ ਰੀਸੈਟ ਹੋ ਜਾਏਗਾ। ਇਹ ਰੀਸੈਟ ਹੋ ਜਾਊਗਾ ਤੇ ਫਿਲਟਰ ਉਧਰ ਆਪਣਾ ਸਾਫ਼ ਹੋ ਜਾਊਗਾ। ਠੀਕ ਹੈ। ਪਹਿਲਾਂ ਫਿਲਟਰ ਸਾਫ਼ ਕਰਾਂਗੇ ਉਸ ਤੋਂ ਬਾਅਦ ਆਪਾਂ ਇਹ ਦੱਬਾਂਗੇ ਤਾਂ ਰੀਸੈਟ ਹੋ ਜਾਏਗਾ। ਠੀਕ ਹੈ ਜੀ। ਔਰ ਰੇਡੀਏਟਰ ਦੀ ਗੱਲ ਕਰ ਲਈਏ ਤਾਂ ਰੇਡੀਏਟਰ ਆਪਾਂ 40 ਹਾਰਸ ਪਾਵਰ ਤੋਂ ਲੈ ਕੇ 60 ਹਾਰਸ ਪਾਵਰ ਤੱਕ ਦੇ ਟਰੈਕਟਰਾਂ ਦੇ ਵਿੱਚ ਕਾਪਰ ਦਾ ਹੀ ਯੂਜ਼ ਕਰ ਰਹੇ ਹਾਂ। ਠੀਕ ਹੈ ਜੀ। ਆਪਣਾ ਐਲੂਮੀਨੀਅਮ ਦਾ ਰੇਡੀਏਟਰ ਕਿਸੇ ਵੀ ਟਰੈਕਟਰ ਦੇ ਵਿੱਚ ਨਹੀਂ ਆਇਆ ਫਿਲਹਾਲ ਤੱਕ। ਔਰ ਪਾਵਰ ਸਟੀਅਰਿੰਗ ਟੈਂਕੀ ਦੀ ਗੱਲ ਕਰ ਲਈਏ ਜਿੰਨੇ ਵੀ ਪਾਵਰ ਸਟੀਅਰਿੰਗ ਮਾਡਲ ਨੇ ਸਾਰਿਆਂ 'ਚ ਟੈਂਕੀ ਆਪਾਂ ਸੈਪਰੇਟ ਦੇ ਰਹੇ ਹਾਂਗੇ। ਠੀਕ ਹੈ ਜੀ। ਇਹਦਾ ਨਾਰਮਲੀ ਕੀ ਹੁੰਦਾ ਕਿ ਪਾਵਰ ਸਟੀਅਰਿੰਗ ਦਾ ਤੇਲ ਵੀ ਕਈ ਵਾਰ ਟਰਾਂਸਮਿਸ਼ਨ ਆਇਲ ਦੇ ਨਾਲ ਹੀ ਲਿਆ ਹੁੰਦਾ। ਹੁਣ ਇੱਕ ਤੇ ਆਪਣਾ ਕੀ ਹੈ ਕਿ ਵਾਰੀ ਵਾਰੀ ਆਪਾਂ ਕੋਈ ਟਰਾਲੀ ਹੋਰ ਯੂਜ਼ ਕਰ ਲਈ ਜਾਂ ਆਪਾਂ ਕੋਈ ਇੰਪਲੀਮੈਂਟ ਇਦਾਂ ਦਾ ਯੂਜ਼ ਕਰ ਲਈ ਜਿਹਨਾਂ ਤੇਲ ਦੇ ਵਿੱਚ ਕਚਰਾ ਆ ਜਾਂਦਾ ਜੀ ਤਾਂ ਜਿਹੜੀਆਂ ਇਹਦੀਆਂ ਸੀਲਾਂ ਹੁੰਦੀਆਂ ਪਾਵਰ ਸਟੀਅਰਿੰਗ ਨੇ ਬਹੁਤ ਜ਼ਿਆਦਾ ਨਰਮ ਹੁੰਦੀਆਂ ਨੇ। ਨਹੀਂ ਚਲੋ ਉਹ ਕੱਟਣ ਦਾ ਵੀ ਡਰ ਰਹਿੰਦਾ ਗਾ ਇਹਦੇ ਲਈ ਆਪਾਂ ਅਲੱਗ ਤੋਂ ਹੀ ਇੱਕ ਟੈਂਕੀ ਲਾਤੀ। ਕਈ ਵਾਰ ਕੀ ਹੁੰਦਾ ਗਾ ਕਿ ਗਰਾਊਂਡ ਕਲੀਅਰੈਂਸ ਦੇਖ ਲਓ ਤੁਸੀਂ ਪੈਪਾਂ ਨੇ ਜਿਹੜੀਆਂ ਬਹੁਤ ਥੱਲੇ ਤੱਕ ਹੁੰਦੀਆਂ ਨੇਗੀਆਂ ਔਰ ਪੈਪਾਂ ਨਰਮ ਹੁੰਦੀਆਂ ਨੇਗੀਆਂ ਪਾਵਰ ਸਟੀਅਰਿੰਗ ਨਹੀਂ ਹੁੰਦੀ। ਕੱਲ ਨੂੰ ਕੋਈ ਕਿਸੇ ਕਾਰਨ ਪੈਪ ਤੁਹਾਡੀ ਡੈਮੇਜ ਹੋ ਗਈ ਤਾਂ ਇਹ ਨਹੀਂ ਹੈ ਕਿ ਤੁਹਾਡਾ ਪੂਰਾ ਟਰਾਂਸਮਿਸ਼ਨ ਆਇਲ ਨਿਕਲ ਜਾਏਗਾ। ਸਿਰਫ 4 ਲੀਟਰ ਤੇਲ ਹੀ ਹੈਗਾ ਉਹ ਦੁਬਾਰਾ ਪਾ ਕੇ ਪੈਪ ਸਹੀ ਕਰਕੇ ਦੁਬਾਰਾ ਚਲਾ ਸਕਦੇ। ਕਸਟਮਰ ਦਾ ਨੁਕਸਾਨ ਨਹੀਂ ਹੁੰਦਾ। ਨੁਕਸਾਨ ਨਹੀਂ। ਔਰ ਪਾਵਰ ਸਟੀਅਰਿੰਗ ਦਾ ਆਇਲ ਹੈ ਸਿਰਫ ਇੱਥੋਂ ਘੁੰਮਣਾ ਚ ਕੋਈ ਕਚਰਾ ਨਹੀਂ ਉਹਨਾਂ ਦਾ ਤਾਂ ਸੀਲ ਵਗੈਰਾ ਕੱਟਣ ਦਾ ਡਰ ਨਹੀਂ ਰਹਿੰਦਾ। ਔਰ ਪੰਪ ਦੀ ਗੱਲ ਕਰੀਏ ਤਾਂ ਮਾਈਕੋ ਕੰਪਨੀ ਦਾ ਹੈਗਾ। ਮਾਈਕੋ ਬੋਸ਼ ਇਨਲਾਈਨ ਪੰਪ ਹੈ 4 ਸਿਲੰਡਰ ਤੁਸੀਂ ਦੇਖ ਰਹੇ ਹੋਵੋਗੇ। ਤੇ ਬਾਕੀ ਆ ਵੀਰ ਇਹਦਾ ਆਪਣਾ ਜੀ ਕਲੋਸ ਕਰਦੀ ਜਿਹੜੀ ਬ੍ਰੈਂਡਿੰਗ ਇੰਜਨ ਦੀ ਪਲੇਟ ਦੇਖ ਸਕਦੇ ਹੋ ਅਸੀਂ ਇਹਦੇ ਚ ਇੱਥੇ ਆਪਣਾ ਸਾਰਾ ਇਹਦੇ ਤੇ ਰਿਲੇਟਡ। ਔਰ ਨਾਲ ਤੁਸੀਂ ਦੇਖੋਗੇ ਆਪਾਂ ਨੂੰ ਇੱਕ ਵਾਟਰ ਸੈਪਰੇਟਰ ਮਿਲ ਜਾਂਦਾ ਹੈਗਾ ਜਿਹਦੇ ਨਾਲ ਆਪਣੀ ਪੰਪ ਦੀ ਲਾਈਫ ਵੱਧਦੀ ਹੈ ਕਿਉਂਕਿ ਟਰੈਕਟਰ ਗਰਮੀ ਦੇ ਵਿੱਚ ਚੱਲਣਾ ਹੁੰਦਾ ਤਾਂ ਉਹ ਖੜਨਾ ਗਿਆ ਕਿ ਡੀਜ਼ਲ ਦੇ ਵਿੱਚ ਗੈਸਸ ਬਣਦੀਆਂ ਨੇ ਗੈਸਸ ਤੋਂ ਪਾਣੀ ਬਣਦਾ। ਬਿਲਕੁਲ। ਔਰ ਪਾਣੀ ਅਗਰ ਤੁਹਾਡੇ ਪੰਪ ਦੇ ਵਿੱਚ ਚਲਾ ਗਿਆ ਤਾਂ ਪੰਪ ਦੀ ਲਾਈਫ ਬਹੁਤ ਘੱਟ ਜਾਂਦੀ ਹੈ ਪੰਪ ਜਲਦੀ ਡੈਮੇਜ ਹੋ ਜਾਂਦਾ। ਔਰ ਵਾਟਰ ਸੈਪਰੇਟਰ ਦੇ ਨਾਲ ਕਿ ਇੱਥੇ ਤੁਹਾਡਾ ਪਾਣੀ ਜੋ ਜਮ੍ਹਾਂ ਹੁੰਦਾ ਰਹਿੰਦਾ ਹੈਗਾ ਉਸ ਤੋਂ ਬਾਅਦ ਆਪਾਂ ਨਾਟਿਕ ਲੂਜ਼ ਕਰਕੇ ਇੱਥੋਂ ਹੀ ਪਾਣੀ ਕੱਢ ਸਕਦੇ ਹਾਂ। ਤੇ ਅੱਛਾ ਬਾਈ ਇਹਦੀ ਸਰਵਿਸ ਵਾਲਾ ਦੱਸੋ ਮੜ ਜਾ ਵੀ ਸਰਵਿਸ ਕਿੰਨੇ ਘੰਟੇ ਦੀ ਗੱਲ ਕਰੀਏ। ਪਹਿਲੀ ਸਰਵਿਸ ਆਪਣੀ 50 ਘੰਟੇ ਤੇ ਉਸ ਤੋਂ ਬਾਅਦ ਬਾਕੀ ਸਰਵਿਸ 500 ਘੰਟੇ ਤੇ ਆ ਜਾਂਦੀ ਹੈ। 500 ਘੰਟੇ ਬਾਅਦ ਹੋ ਜਾਂਦੀ ਹੈ। ਤੇ ਕਿੰਨੇ ਲੀਟਰ ਤੇਲ ਪੈਂਦਾ ਇਹਦੇ ਇੰਜਨ 'ਚ? 4 ਸਿਲੰਡਰ ਇੰਜਨ ਦੇ ਵਿੱਚ ਤੁਹਾਡਾ 11 ਲੀਟਰ ਇੰਜਨ ਆਇਲ ਆਉਂਦਾ ਹੈਗਾ। ਠੀਕ ਹੈ। ਔਰ ਟਰਾਂਸਮਿਸ਼ਨ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਤੁਹਾਡਾ 35 ਲੀਟਰ ਟਰਾਂਸਮਿਸ਼ਨ ਆਇਲ ਆ ਜਾਂਦਾ ਹੈਗਾ। ਠੀਕ ਹੈ। ਅੱਛਾ ਫਿਰ ਗਰੰਟੀ ਟਰੈਕਟਰ ਨਵੇਂ ਤੇ ਕੰਪਨੀ ਕਿੰਨੀ ਦੇ ਰਹੀ ਹੈ? ਕੰਪਨੀ ਦੀ 2 ਸਾਲ ਜਾਂ 2000 ਘੰਟੇ ਦੀ ਵਾਰੰਟੀ ਆ ਜਾਂਦੀ ਹੈਗੀ। ਠੀਕ ਹੈ ਜੀ। ਵੀ ਪੂਰਾ ਲੋਡ ਤੇ ਚਲਾਓ ਜਿਵੇਂ ਮਰਜ਼ੀ। 2 ਸਾਲ ਜਾਂ 2000 ਘੰਟਾ ਜੋ ਪਹਿਲਾਂ ਹੁੰਦਾ ਉਹਦੇ ਵਿੱਚ ਅਗਰ ਕੋਈ ਪਾਰਟ ਦੇ ਵਿੱਚ ਮਿਸ ਹੈਪਨਿੰਗ ਹੁੰਦੀ ਹੈ ਜਾਂ ਕੁਝ ਹੁੰਦਾ ਤਾਂ ਉਹ ਪਾਰਟ ਵੀ ਡਿਪੈਂਡ ਆ ਵੀ ਆਪਾਂ ਸਰਵਿਸ ਕੰਪਨੀ ਤੋਂ ਕਰਾਉਂਦੇ ਹਾਂ। ਹਾਂ ਕੰਪਨੀ ਤੋਂ ਸਰਵਿਸ ਕਰਾਉਣੀ ਜੇ ਬਾਹਰੋਂ ਕੋਈ ਵੀ ਛੇੜ ਛਾੜ ਹੋਈ ਜਾਂਦੀ ਹੈ ਫਿਰ ਆਪਾਂ ਨੂੰ ਪਤਾ ਨਹੀਂ ਹੁੰਦਾ ਕਿੱਦਾਂ ਦਾ ਆਇਲ ਯੂਜ਼ ਹੋ ਗਿਆ ਕਿੱਦਾਂ ਦਾ ਫਿਲਟਰ ਹੋ ਗਿਆ ਕੀ ਹੋ ਗਿਆ ਉਹ ਤੇ ਫਿਰ ਕੰਪਨੀ ਜਿਹਨੀ ਫਿਰ ਕੰਪਨੀ ਜ਼ਿੰਮੇਵਾਰੀ ਨਹੀਂ ਲੈਂਦੀ। ਠੀਕ ਹੈ। ਅੱਛਾ ਤੇ ਬਾਈ ਇੱਕ ਆਪਣਾ ਅਖੀਰ ਦੇ ਵਿੱਚ ਆਪਾਂ ਇੱਕ ਤੁਹਾਨੂੰ ਕੁਐਸਚਨ ਪੁੱਛਦੇ ਹਾਂ। ਮੰਨ ਲਓ ਟਰੈਕਟਰ ਕਰਤਾਰ ਖਰੀਦਣਾ ਆਪਾਂ ਨੇ ਬਾਈ ਕਰਨਾ ਤਾਂ ਇਹ ਮਤਲਬ ਕਿਹਨਾਂ ਨੂੰ ਕੰਟੈਕਟ ਕਰਨਾ? ਸਮਝਾਉਣੇ ਪੂਰਾ ਔਰ ਤੁਹਾਡੇ ਜੋ ਨਜ਼ਦੀਕੀ ਡੀਲਰਸ਼ਿਪ ਹੈ ਉਹ ਇਹਨਾਂ ਤੁਹਾਡਾ ਕੰਟੈਕਟ ਕਰਵਾ ਦਿੰਦੇ ਔਰ ਅਗਰ ਤੁਹਾਡੇ ਨਜ਼ਦੀਕੀ ਦੇ ਵਿੱਚ ਕੋਈ ਡੀਲਰਸ਼ਿਪ ਹੈ ਤੁਸੀਂ ਉੱਥੋਂ ਜਾ ਕੇ ਵਿਜ਼ਿਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਤੇ ਆਪਾਂ ਤੁਹਾਨੂੰ ਇੱਕ ਵਾਰ ਹੁਣ ਟਰੈਕਟਰ ਦਾ ਇਹਦਾ ਤੋੜਾ ਦਿਖਾ ਦਈਏ।
ਹਾਈ ਚ ਵੀ ਭਜਾ ਕੇ ਦਿਖਾਉਂਗੇ ਤੁਹਾਨੂੰ ਤੇ ਆਪਾਂ ਲੋ ਗੇਅਰ ਦੇ ਵਿੱਚ ਵੀ ਆਪਾਂ ਸਾਰੇ ਟਰੈਕਟਰ ਦੇ ਤੋਰੇ ਦਿਖਾ ਦਿੰਦੇ ਆਪਾਂ ਦਿਖਾ ਦੀ 1700 ਚੱਕਰ ਪਹਿਲਾ ਲੋ ਬੈਗ ਜਿਹੜੇ ਮਰਜ਼ੀ ਗੇਅਰ ਚ ਦੇਖੋ ਨਾਲ ਦੀ ਨਾਲ ਬੈਗ ਘੋੜਾ ਆਵਾਜ਼ ਤਾਂ ਹੈ ਉਹ ਨਹੀਂ ਬੰਦਰ ਚ ਜਮਾ ਐਨ ਸਮੂਥ ਪੈ ਜਾਂਦੇ ਗੇਅਰ ਦੇਖੋ ਜਿਵੇਂ ਮਰਜ਼ੀ ਪਾਈ ਕਰੋ ਇੱਕ ਵਾਰ ਟਾਪ ਗੇਅਰ ਚ ਵੀ ਸਪੀਡ ਦਿਖਾ ਦਿਓ ਜੀ ਤੇ ਹੁਣ ਇਹਦਾ ਮੋਸ਼ਨ ਦੇਖੋ ਜੀ ਕਿਵੇਂ ਫੜਦਾ ਟਰੈਕਟਰ ਉਸੇ ਗੇਅਰ 'ਚ ਬੈਕ ਹੋ ਜਾਂਦਾ ਜੀ ਆਵਾਜ਼ ਤਾਂ ਹੈ ਉਹ ਨਹੀਂ ਟਰੈਕਟਰ ਦੀ ਪੂਰਾ ਵੀ ਅਤੇ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਅਤੇ ਬਾਈ ਜੀ ਇਹ ਵੀਡੀਓ ਆਪਾਂ ਫੇਸਬੁੱਕ 'ਤੇ ਵੀ ਸ਼ੇਅਰ ਕਰਾਂਗੇ ਉੱਥੇ ਵੀ ਜਾ ਕੇ ਜ਼ਰੂਰ ਦੇਖਣੀ ਆ ਅਤੇ ਠੀਕ ਹੈ ਜੀ ਆਪਾਂ ਹੁਣ ਮਿਲਦੇ ਹਾਂ ਤੁਹਾਨੂੰ ਇੱਕ ਅਗਲੀ ਵੀਡੀਓ 'ਚ ਜੋ ਇਜਾਜ਼ਤ ਜੀ ਸਤਿ ਸ਼੍ਰੀ ਅਕਾਲ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਟਰੈਕਟਰ ਕਿੱਦਾਂ ਦਾ ਲੱਗਿਆ ਨੰਬਰ ਮੈਂ ਡਿਸਕ੍ਰਿਪਸ਼ਨ 'ਚ ਦੇਤਾ ਇਹਦਾ ਜਿਨ੍ਹਾਂ ਨੇ ਵੀ ਖਰੀਦਣਾ ਹੈ ਜਾਂ ਡੈਮੋ ਲੈਣੀ ਹੈ ਈਵਨ ਤੁਸੀਂ ਕੋਈ ਵੀ ਗੱਲ ਡਿਸਕਸ ਕਰਨੀ ਹੈ ਤੁਸੀਂ ਆਪਣਾ ਕਮੈਂਟ ਬਾਕਸ ਦੇ ਵਿੱਚ ਆਪਣਾ ਦੱਸ ਦਿਓ ਤੇ ਬਾਕੀ ਮੈਂ ਨੰਬਰ ਤੁਹਾਨੂੰ ਦੇ ਦੂੰਗਾ ਤੁਸੀਂ ਜ਼ਰੂਰ ਕੰਟੈਕਟ ਕਰਿਓ ਟਰੈਕਟਰ ਦੀ ਬਣਾਵਟ ਤੇ ਟਰੈਕਟਰ ਨੂੰ ਵੀ ਬਹੁਤ ਸਮੂਥ ਗੇਅਰ ਬਹੁਤ ਜ਼ਿਆਦਾ ਵਧੀਆ ਟਰੈਕਟਰ ਬਣਾਇਆ ਹੋਇਆ ਬਾਈ ਕੁਆਲਿਟੀ ਵਿਕਦੀ ਹੈ ਕੁਆਲਿਟੀ ਹਰੇਕ ਦੀ ਲੱਗੀ ਵੀ ਕੁਆਲਿਟੀ ਦੀ ਹੋਆ ਬਿਲਕੁਲ